ਸਤਿ ਸ਼੍ਰੀ ਅਕਾਲ ਜੀ, ਮੈਂ ਨਰਭਵਰ ਸਿੰਘ ਜੈਤੋਂ, ਤੁਸੀਂ ਸੱਚ ਦਾ ਸੁਨੇਹਾ ਚੈਨਲ ਦੇਖ ਰਹੇ ਹੋ। ਤਸਵੀਰਾਂ ਤੁਹਾਨੂੰ ਦਿਖਾ ਦਿੰਦੀਆਂ ਕਿ ਕਿਵੇਂ ਹਰ ਵਾਰ ਪ੍ਰਸ਼ਾਸਨ ਦੀ ਨਲੈਕੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ। ਜੈਤੋਂ ਮੁਕਤਸਰ ਰੋਡ 'ਤੇ ਇਹ ਸੂਆ ਟੁੱਟਦਾ ਤਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਕਿਵੇਂ ਲੋਕਾਂ ਦੀ ਫਸਲ ਦਾ ਕਿਵੇਂ ਨੁਕਸਾਨ ਹੁੰਦਾ। ਸਾਡੇ ਨਾਲ ਨਗਰ ਵਾਸੀ ਵੀ ਮੌਜੂਦ ਨੇ, ਪਿੰਡ ਵਾਸੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਕੀ ਕਹਿਣਾ ਚਾਹੋਗੇ, ਪ੍ਰਸ਼ਾਸਨ ਨੇ ਤੁਹਾਡਾ ਕੀ ਸਹਿਯੋਗ ਕੀਤਾ ਟੁੱਟਣ ਤੋਂ ਬਾਅਦ? ਇਹ ਜੀ, ਸਾਡਾ ਪ੍ਰਸ਼ਾਸਨ ਨੇ ਕੋਈ ਸਹਿਯੋਗ ਨਹੀਂ ਦਿੱਤਾ। ਇਹ ਨਾ ਸੂਆ ਸਾਡਾ 10 ਮਈ ਤੋਂ ਲੈ ਕੇ ਅਤੇ ਅੱਜ 20 ਜੂਨ ਹੋ ਗਈ ਹੈ, 21 ਜੂਨ, ਅਤੇ ਉਹਦੇ 'ਤੇ 3 ਵਾਰਾਂ ਟੁੱਟ ਹਟਿਆ ਜੀ 40 ਦਿਨਾਂ 'ਚ। 3 ਵਾਰਾਂ ਟੁੱਟਿਆ। ਪਹਿਲੀ ਵਾਰ ਟੁੱਟਿਆ, ਸਾਡੀਆਂ ਪਨੀਰੀਆਂ ਸਾਰੀਆਂ ਰੁੜ ਗਈਆਂ ਜੀ। ਕੋਈ ਪਨੀਰੀ ਸਾਨੂੰ ਮਿਲੀ, ਜਿਹੜਾ ਅਸੀਂ ਬਾਅਦ ਪਹੁੰਚਾਉਂਦੇ ਹਾਂ, ਲਾਹੇਵਾਨ ਸਾਰੇ ਸੂਟ ਕੀ ਠੀਕ ਕੀਤੇ, ਕੰਪਿਊਟਰ ਲੱਗੇ ਸਾਰੇ ਨਾਸ ਹੋ ਗਏ, ਕੋਈ ਸਾਡਾ ਨਹੀਂ ਜ਼ਿਆਦਾ, ਕੰਪਿਊਟਰਾਂ ਦੇ ਕਿਰਾਏ ਖਰਚਾ ਸਾਡਾ ਸਭ ਖਤਮ ਹੋ ਗਿਆ। ਉਦੋਂ ਬਾਅਦ ਫਿਰ ਅਸੀਂ ਇਹ ਪਨੀਰੀਆਂ ਲਿਆ ਕੇ ਲਿਆਂਦੀਆਂ, ਪਨੀਰੀਆਂ ਲਿਆ ਕੇ ਲਾਈਆਂ, ਅਤੇ ਉਦੋਂ ਫਿਰ ਇੱਕ ਵਾਰ ਸਾਨੂੰ ਜੀ ਫਿਰ ਟੁੱਟ ਗਿਆ। ਅਸੀਂ ਕੁਦਰਤੀ ਕੋਲੇ ਸਭ 50-60 ਬੰਦੇ ਲਾਉਣ ਵਾਲੇ ਸੀ, ਆਪਦੀ ਲੇਬਰ ਨਾਲ ਅਟਕਾ ਲਿਆ, ਅਸੀਂ ਥੋੜ੍ਹਾ ਕਰਕੇ ਬੰਨ ਗਏ। ਅੱਜ ਫਿਰ ਕੱਲ੍ਹ ਸ਼ਾਮ ਨੂੰ 12 ਵਜੇ ਟੁੱਟ ਗਿਆ, ਸਾਡਾ ਕਿਸੇ ਨੇ ਫੋਨ ਨਹੀਂ ਚੱਕਿਆ, ਕੋਈ ਸਾਰ ਨਹੀਂ ਲੈਂਦਾ, ਕੋਈ ਆਉਂਦਾ ਨਹੀਂ, ਕੁਛ ਨਹੀਂ ਕਰਦਾ। ਫਿਰ ਜਦੋਂ ਕੋਈ ਮੀਂਹ ਪੈਂਦਾ ਜਾਂ ਕੁਛ ਹੁੰਦਾ, ਸਾਡਾ ਰਕਬਾ ਇੱਥੇ ਬਿਲਕੁਲ 500 ਏਕੜ ਹੈ, ਅਤੇ ਬਹੁਤ ਜ਼ਿਆਦਾ ਨੀਵਾਂ, ਇਹਨੂੰ ਮੂਹਰੇ ਆ ਗਈ ਸੜਕ, ਆ ਗਈ ਭੱਠ ਹਰੀ ਨਵਾਰੀ, ਇੱਧਰ ਮੱਲਣ ਮਹਿੰਦਰ ਆ ਗਿਆ, ਭਾਰ ਵਾਲੇ ਪਾਸੇ ਦੂਜੇ ਟਿੱਬਿਆਂ ਦੀ ਟੱਕਰ ਆ ਗਈ, ਇਹ 500 ਕਿੱਲੇ 'ਚ ਪਾਣੀ ਵਜਾ ਜਾਂਦਾ, 5 ਫੁੱਟ ਪਾਣੀ ਚੜ੍ਹ ਜਾਂਦਾ। ਕਿੰਨੀ ਫਸਲ ਦਾ ਨੁਕਸਾਨ ਹੋਇਆ, ਕਿੰਨੇ ਏਕੜ ਦੀ? ਇਹ ਤਾਂ ਜੀ ਏਕੜ 500 ਕਿੱਲਾ, 500 ਕਿੱਲੇ ਵਿੱਚ ਪਾਣੀ ਖੜ੍ਹਾ, ਜਿਹੜਾ ਅੱਜ 4 ਫੁੱਟ ਪਾਣੀ ਆ, ਕੋਈ ਥੋੜ੍ਹਾ ਰਕਬਾ ਛੱਡ ਕੇ ਨਾਲ ਉੱਚਾ ਕਰਕੇ ਇਹਦੇ 'ਚ ਹੈ ਨਹੀਂ, ਪਾਣੀ ਨਿਕਲ ਗਿਆ, ਸਾਰਾ ਡੁੱਬਿਆ ਗਿਆ ਜੀ। ਸਾਡੀ ਕੋਈ ਗੱਲ ਨਹੀਂ ਸੁਣਦਾ, ਸਾਡਾ ਸੂਆ ਢਹਿ ਢੇਰੀ ਆ, ਧਮਾਲ ਦੀਆਂ ਢਹਿ ਢੇਰੀ ਆ। ਐਸਡੀਓ ਸਾਹਿਬ ਕੱਲ੍ਹ ਆਏ ਸੀ, ਉਹ ਤਾਂ ਕਹਿੰਦੇ ਸੀ ਕਿ ਅਸੀਂ ਰਾਤੀ ਬੰਨ ਕੇ ਜਾਵਾਂਗੇ। ਬੰਨ ਕੇ ਨਹੀਂ ਗਏ, ਇੱਥੇ ਲਾ ਕੇ ਨਾ 2 ਮਿੰਟ ਲਾ ਕੇ ਲੇਬਰ ਲੂਬ ਜੀ ਗੱਟੇ ਕੇ ਰੋੜ ਕੇ ਇੱਥੋਂ ਮੁੜ ਗਏ। ਐਸਡੀਓ ਸਾਹਿਬ ਅੱਗੋਂ ਬੋਲਦਾ ਤਾਂ ਨੁਕਸਾਨ ਹੀ ਕੋਈ ਨਹੀਂ। ਅਸੀਂ ਇਹ ਕਹਿਣਾ ਚਾਹੁੰਦੇ ਵੀ ਸਾਡੇ ਨਾਲ ਤਾਂ ਤੁਰ ਕੇ ਨਹੀਂ ਵਿਖਾ ਕੇ ਲਈਏਗਾ, ਨੀਵੇਂ ਥਾਂ ਚਲੀਏ, ਇਹਦੇ ਵਿੱਚ ਕੇ 10-12 ਕੋਠੀਆਂ ਉਹ ਦਿਸਦੀਆਂ ਤੁਹਾਨੂੰ, ਆਹ ਮੈਂਬਰ ਖੜ੍ਹਾ ਸਾਬਕਾ, ਇਹਨੇ ਰਾਤ ਦੇ ਮਿੱਟੀ ਲਾਈ ਜਾਂਦਾ, ਘਰ ਨੀਵੇਂ ਥਾਂ ਪਾ ਬੈਠੇ, ਉਹ ਸਾਹਮਣੇ ਦਿਸੀ ਜਾਂਦੇ ਵਿੱਚ, ਆ ਉੱਥੇ ਪਾਣੀ ਆ ਜੀ ਇਹ ਜੀ, ਸਾਰੇ ਘਰ ਘਿਰੇ ਹੋਏ ਆ, ਸਾਰੀ ਫਸਲ ਡੁੱਬੀ ਵੀ ਹੈ, ਸਾਰਾ ਤਮਾਲੀਆਂ ਢਹਿ ਢੇਰੀ ਵਿੱਚ ਪਿੱਪਲ ਉਗਰੇ ਪਏ ਆ, ਇਹਨਾਂ ਦੀ ਕੋਈ ਸਾਰ ਨਹੀਂ ਸਾਡੀ ਲੈਂਦਾ। ਸਾਡੀ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਸਾਡਾ ਇਹਦਾ ਕੁਛ ਨਾ ਕੁਛ ਦਾ, ਸਾਡੇ ਤੋਂ 10 ਏਕੜ ਆ ਲਓ, ਬੜਾ ਸਾਡਾ ਸੂਆ ਇੱਥੇ ਬਣਾਇਆ ਜਾਏ ਜਿੱਥੇ ਵਗਦਾ ਜੀ। ਲਾਈਵ ਤਸਵੀਰਾਂ ਤੁਸੀਂ ਸੱਚ ਦਾ ਸੁਣਿਆ ਤੇ ਦੇਖ ਸਕਦੇ ਹੋ, ਦੇਖ ਰਹੇ ਹੋ ਕਿ ਕਿਵੇਂ ਸੂਏ ਦੇ ਖਸਤਾ ਹਾਲਾਤ ਨੇ। ਜੇਕਰ ਇੱਕ ਅੱਧੀ ਵਾਰੀ ਹੋਰ ਮੀਂਹ ਪੈਂਦਾ ਤਾਂ ਇੱਥੇ ਫਿਰ ਇੱਥੋਂ ਵੀ ਸੂਆ ਟੁੱਟਣ ਦਾ ਡਰ। ਇੱਥੇ ਜੀ 7 ਟੁੱਟਾਂ ਹੈ, 10 ਸਾਲ ਤੋਂ ਲੈ ਗਿਆ ਸਾਰੀਆਂ ਹੈ ਜੀ, ਇਹ ਸਾਲ ਸੂਆ ਟੁੱਟਦਾ, ਅਗਲੇ 3 ਵਾਰਾਂ ਟੁੱਟ ਗਿਆ, ਇਹ ਸਾਲ ਟੁੱਟਦਾ ਹੀ ਟੁੱਟਦਾ ਜੀ। ਅਸੀਂ ਵੇਖੋ, ਅਸੀਂ ਕਹਿੰਦੇ ਹਾਂ ਵੀ ਸਾਡਾ ਪਹਿਲਾਂ ਵੀ ਸਾਡੀ ਜ਼ਮੀਨ 'ਚ ਬਣਿਆ, ਆਹ ਖਾਲੀ ਸੂਆ ਨਾਲ ਪਿਆ, ਅਸੀਂ ਜ਼ਮੀਨ ਦਾ ਕੋਈ ਪੈਸਾ ਨਹੀਂ ਲਿਆ, ਅਸੀਂ ਕਿਹਾ ਵੀ ਸਾਡੇ ਸੂਆ ਪੱਕਾ ਬਣ ਜਾਵੇ, ਸਾਡਾ ਨੁਕਸਾਨ ਨਾ ਹੋਵੇ। ਸੂਆ ਪੱਕਾ ਬਾਜ਼ਾਰ, ਅਸੀਂ ਕਰੋੜਾਂ ਰੁਪਈਆਂ ਦੀ ਜ਼ਮੀਨ ਛੱਡ ਗਏ, ਉਹਦੇ ਬਾਵਜੂਦ ਵੀ ਸਾਡਾ ਨੁਕਸਾਨ ਹੋਈ ਜਾਂਦਾ, ਤਾਂ ਸਾਡੀ ਜ਼ਮੀਨ ਛੱਡੀ ਦਾ ਕੀ ਫਾਇਦਾ? ਧੰਨਵਾਦ ਜੀ। ਹਾਂ, ਤਸਵੀਰਾਂ ਤੁਸੀਂ ਲਾਈਵ ਸੱਚ ਦਾ ਸੁਣਿਆ ਤੇ ਦੇਖ ਰਹੇ ਹੋ, ਤੁਹਾਨੂੰ ਹਾਲਾਤ ਦਿਖਾ ਰਹੇ ਹਾਂ ਮੌਕੇ ਦੇ ਕਿ ਕਿਵੇਂ ਇੱਥੇ ਹਰੇਕ ਵਾਰ ਹਰ ਵਾਰ ਪ੍ਰਸ਼ਾਸਨ ਦੀ ਨਲੈਕੀ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ। ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ, ਕੱਲ੍ਹ ਜਦੋਂ ਐਸਡੀਓ ਸਾਹਿਬ ਇੱਥੇ ਆਏ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਸ ਦਾ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਬਹੁਤ ਹਾਸੋਹੀਣਾ ਬਿਆਨ ਉਹਨਾਂ ਵੱਲੋਂ ਦਿੱਤਾ ਗਿਆ ਕਿ ਫਸਲ ਦਾ ਕੋਈ ਨੁਕਸਾਨ ਨਹੀਂ ਹੁੰਦਾ। ਪਿੰਡ ਵਾਸੀਆਂ ਦਾ ਕਹਿਣਾ ਕਿ 2-3 ਵਾਰ ਪਹਿਲਾਂ ਵੀ 40 ਦਿਨਾਂ 'ਚ ਇਹ ਸੂਆ ਟੁੱਟਿਆ, ਪਰ ਇਸ ਦਾ ਕੋਈ ਸੁਧਾਰ ਨਹੀਂ ਕੀਤਾ ਗਿਆ, ਇਸ ਦੀ ਹਾਲਤ ਉਸੇ ਤਰ੍ਹਾਂ ਹੈ। ਕੋਟਪੁਰਾ ਦੇ MLA ਕੁਲਤਾਰ ਸਿੰਘ ਸੰਧਵਾ ਇੱਥੇ ਆਏ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹੋ, ਕਿਵੇਂ ਦੇਖਦੇ ਹੋ ਪ੍ਰਸ਼ਾਸਨ ਦੀ ਨਲੈਕੀ ਦਾ ਹਰ ਵਾਰ ਖਮਿਆਜ਼ਾ ਆਮ ਲੋਕ ਹੀ ਕਿਉਂ ਭੁਗਤਦੇ ਨੇ? ਇਹ ਨਲੈਕੀ ਨਹੀਂ, ਬੇਈਮਾਨੀ ਹੈ ਜੀ ਪ੍ਰਸ਼ਾਸਨ ਦੀ ਜੀ, ਕਿਉਂਕਿ ਇਹ ਜ਼ਿੰਮੇਵਾਰੀ ਹੈ, ਲਾਈਨਿੰਗ ਹੋਈ ਵੀ ਹੈ, ਪੱਕੀਆਂ ਇੱਟਾਂ ਸਾਰੀਆਂ ਲੱਗੀਆਂ ਹੋਈਆਂ, ਇਹਨਾਂ 'ਚ ਸੀਮੈਂਟ ਨਹੀਂ ਲਾਉਂਦੇ, ਇਹ ਪੈਸੇ ਖਾਂਦੇ ਆ, ਔਰ ਜਿਹੜਾ ਇਹ ਤਾਂ ਖਾ ਜਾਂਦੇ ਤਾਂ ਸਾਡੇ ਬੱਚੇ ਭੁੱਖੇ ਮਰਨ ਲਾਉਂਦੇ। ਵੀ 40 ਦਿਨਾਂ 'ਚ 3 ਵਾਰੀ ਸੂਆ ਟੁੱਟ ਜੇ, ਸੂਆ ਕੀ ਨਹਿਰ ਆ ਇਹ ਵੱਡੀ,
ਇਹ ਟੁੱਟ ਜਾਏ ਤਾਂ ਨੁਕਸਾਨ ਕਿੰਨਾ ਹੁੰਦਾ? ਅਤੇ ਜਦੋਂ ਇਹ ਕੋਈ ਅਫਸਰ ਕਹਿੰਦੇ ਕੱਲ੍ਹ ਐਸ ਡੀ ਓ ਆਇਆ ਸੀ, ਉਹ ਕਹਿੰਦਾ ਨੁਕਸਾਨ ਕੀ ਹੋਇਆ, ਝੋਨਾ ਹੀ ਹੈ, ਝੋਨੇ ਦਾ ਪਾਣੀ ਚਾਹੀਦਾ ਹੁੰਦਾ, ਉਹ ਪਿਓਆ ਤੂੰ ਸਾਡਾ ਇਹ ਲੈ ਜਾ, ਤੂੰ ਰੱਖ ਲਈ ਫਸਲ ਅਤੇ ਸਾਨੂੰ ਠੇਕਾ ਹੀ ਦੇ ਦੇ। ਮਤਲਬ ਕਮਾਲ ਦੀ ਗੱਲ ਆ, ਤਿੰਨ ਦਿਨ ਪਹਿਲਾਂ ਤਾਂ 50,000 ਰੁਪਏ ਲਾ ਕੇ ਵਿਚਾਰੇ ਭਰ ਕੇ ਹਟੇ, ਪੂਰ ਕੇ ਹਟੇ ਆ ਉਹਨਾਂ ਦੇ ਮਤਲਬ ਉਹ 50,000 ਦੀ ਪੂਰਤੀ ਕਰਨੀ ਸੀ, ਇਹ ਤੋਂ ਹੋਰ ਸਾਰਾ ਜਿਹੜਾ ਸਾਰਾ ਪਿੰਡ ਹੀ ਡੁੱਬ ਗਿਆ, ਉਹ ਗਾਂਹ ਤੱਕ ਅੱਗੇ ਤੱਕ ਝੋਨਾ ਸਾਰਾ ਡੁੱਬਿਆ, ਰਹੀਦਾ ਪਾਣੀ ਪਾਣੀ ਦਿਸਦਾ ਲੋਕਾਂ ਦੇ ਘਰਾਂ 'ਚ, ਵੜ ਗਿਆ। ਸੋ ਮੈਂ ਇਹਦੇ ਲਈ ਮੈਂ ਡੀ ਸਾਹਿਬ ਨੂੰ ਮਿਲਦਾ, ਮੰਤਰੀ ਨਾਲ ਵੀ ਗੱਲ ਕਰੂੰਗਾ ਔਰ ਵਿਧਾਨ ਸਭਾ 'ਚ ਵੀ ਪੁੱਛੂੰਗਾ ਵੀ ਕਦੋਂ ਇਹਦੀ ਰਿਪੇਅਰ ਹੋਈ ਸੀ, ਕਿੰਨੇ ਪੈਸੇ ਲੱਗੇ ਸੀ, ਅਤੇ ਆਹ ਜਿਹੜਾ ਹੋਇਆ ਇਹਦਾ ਮੁਆਵਜ਼ਾ ਸਾਰਿਆਂ ਨੂੰ ਦਿੱਤਾ ਜਾਵੇ। ਮਤਲਬ ਕਿਸਾਨ ਤਾਂ ਸਾਰੇ ਪਾਸੋਂ ਪੀੜਿਆ ਪਿਆ, ਪਹਿਲਾਂ ਮੋਦੀ ਤੰਗ ਕਰਨ ਜਾਣ ਖਾਣ ਲੱਗਿਆ, ਹੁਣ ਨਾਲ ਇਹ ਲੱਗੇ ਪਏ ਵੀ ਹੁਣ ਤਾਂ ਹਟ ਜਾਓ, ਫਾਹੇ ਲਈ ਜਾਂਦੇ ਬੱਚੇ ਸਾਡੇ, ਬੱਚੇ ਸਾਡੇ ਇੱਥੇ ਰਹਿ ਕੇ ਰਾਜੀ ਨਹੀਂ, ਮਤਲਬ ਕੁਛ ਤਾਂ ਰਹਿਮ ਕਰੋ। ਸੋ ਪੰਜਾਬ ਸਰਕਾਰ ਨੂੰ ਚਾਹੀਦਾ ਵੀ ਆਪਦੀ ਕੁਰਸੀ ਦੀ ਲੜਾਈ ਛੱਡ ਕੇ ਲੋਕਾਂ ਦੀ ਸੇਵਾ ਲੱਗਣ, ਮਾੜੇ ਮੋਟੇ ਪਿੰਡਾਂ 'ਚ ਵੜਦੇ ਹੋ ਜਾਣਗੇ, ਅਤੇ ਨਹੀਂ ਲੋਕਾਂ ਨੇ ਐਤਕੀ ਇਹਨਾਂ ਦਾ ਹਾਲ ਬਹੁਤ ਬੁਰਾ ਕਰਨਾ, ਇਹਨਾਂ ਦਾ ਬਾਦਲ ਕਹਿੰਦੇ ਇਹਨਾਂ ਦਾ ਕਾਂਗਰਸੀਆਂ ਦਾ, ਇਹ ਤਾਂ ਖਾ ਕੇ ਰਲ ਕੇ ਖਾਂਦੇ ਆ ਜੀ ਇਹ। ਕੱਲ੍ਹ ਐਸ ਡੀ ਓ ਸਾਹਿਬ ਇੱਥੇ ਆਏ ਸੀ, ਉਹ ਕਹਿੰਦੇ ਸੀ ਅਸੀਂ ਰਾਤੀ ਬੰਨ੍ਹ ਕੇ ਜਾਵਾਂਗੇ, ਪਰ ਬੰਨ੍ਹ ਕੇ ਨਹੀਂ ਗਏ, ਕੀ ਕਹਿਣਾ ਚਾਹੋਗੇ? ਦੇਖੋ ਜੀ ਇਹ ਗੱਲਾਂ ਵਾਲੇ ਆ, ਗੱਲਾਂ ਤਾਂ ਵੱਡੀਆਂ ਵੱਡੀਆਂ ਕਰਦੇ ਆ ਨਾ, ਕੰਮ ਕੁਛ ਨਹੀਂ ਕਰਦੇ। ਕੰਮ ਕਿਉਂ ਨਹੀਂ ਕਰਦੇ? ਕਿਉਂਕਿ ਇਹਨਾਂ ਨੂੰ ਇਹ ਥੱਲੇ ਜਾਂਦੇ ਹੀ ਨਹੀਂ ਲੋਕਾਂ ਕੋਲ, ਪਿੰਡਾਂ 'ਚ ਜਾਂਦੇ ਹੀ ਨਹੀਂ। ਲੋਕਾਂ ਦੀ ਤਕਲੀਫ ਸੁਣਨ, ਮਾੜੇ ਤੋਂ ਮਾੜੇ ਬੰਦੇ ਦਾ ਦਿਲ ਪੱਗਰ ਜਾਂਦਾ, ਅਤੇ ਉਹ ਤਕਲੀਫ ਸੁਣਨੀ ਨਹੀਂ, ਉਹ ਤਾਂ ਕਈਆਂ ਦਾ ਨੁਕਸਾਨ ਹੀ ਕੀ ਹੋਇਆ। ਸੋ ਇਸ ਕਰਕੇ ਉਸ ਐਸ ਡੀ ਓ ਦੇ ਖਿਲਾਫ਼ ਵੀ ਐਕਸ਼ਨ ਹੋਣਾ ਚਾਹੀਦਾ, ਜਿਹੜਾ ਇਹ ਗਲਤ ਬਿਆਨੀ ਕਰਕੇ ਗਿਆ ਉਹਨੂੰ ਇੱਥੇ ਰਹਿਣਾ ਚਾਹੀਦਾ, ਜਿੰਨੀ ਦੇਰ ਤੱਕ ਠੀਕ ਨਹੀਂ ਹੁੰਦਾ ਸੀ ਬੰਨਿਆ ਨਹੀਂ ਜਾਂਦਾ ਸੀ, ਗਿਆ ਕਿਉਂ? ਪਿੰਡ ਵਾਸੀਆਂ ਦਾ ਕਹਿਣਾ ਕਿ ਅਸੀਂ ਪਹਿਲਾਂ ਅਰਜ਼ੀਆਂ ਦੇ ਵੀ ਅੱਕ ਗਏ, ਪਰ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਉਹ ਸਾਰੇ ਰਿਕਾਰਡ ਲੈ ਕੇ ਜਿਹੜੇ ਜਿਹੜੇ ਬੰਦੇ ਦੀ ਜ਼ਿੰਮੇਵਾਰੀ ਹੋਈ ਉੱਥੇ ਸਜ਼ਾ ਦਵਾਵਾਂਗੇ, ਉਹਨੂੰ ਐਕਸ਼ਨ ਕਰਾਵਾਂਗੇ। ਤੁਸੀਂ ਇੱਥੇ ਆਏ ਹੋ, ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ, ਕੋਈ ਸਿਆਸਤ ਵੀ ਤੁਹਾਡੇ ਤੋਂ ਸਵਾਲ ਪੁੱਛ ਲਈਏ, ਕਿਵੇਂ ਦੇਖਦੇ ਹੋ? ਇੱਕ ਕਿਸਾਨ ਪਹਿਲਾਂ ਹੀ ਮੋਦੀ ਤੋਂ ਦੁਖੀ ਨੇ, ਉਹ ਦਿੱਲੀ ਧਰਨਾ ਲਾਈ ਬੈਠੇ ਨੇ, ਉਹ ਤੋਂ ਪੰਜਾਬ ਸਰਕਾਰ ਵੀ ਉਹਨਾਂ ਨੂੰ ਖੱਜਲ ਕਰ ਰਹੀ ਹੈ, ਇਹ ਕੋਈ ਵੱਖਰੇ ਥੋੜ੍ਹੀ ਹੈ, ਇਹ ਮੋਦੀ ਦੇ ਬੱਚੇ ਹੀ ਹੈ, ਸਾਰਾ ਕੁਝ ਇੱਕੋ ਹੀ ਹੈ, ਸੇਮ ਹੀ ਹੈ ਸਾਰਾ ਕੁਛ। ਸੋ ਇਸ ਕਰਕੇ ਕੋਈ ਨਹੀਂ, ਵੱਢ ਦਿਆਂਗੇ ਜੂਲਾ, ਮਹੀਨੇ 6 ਰਹਿ ਗਏ ਆ, ਵੱਢ ਦਿਆਂਗੇ ਜੂਲਾ। ਇਹ ਖੱਜਲ ਖੁਆਰੀ ਕਿੰਨੀ ਯਾਰ, ਜਕਰੀਆ ਖਾਨ ਨਾਲੋਂ ਵੱਧ ਤਾਂ ਨਹੀਂ ਕਰ ਸਕਦੇ ਇਹ, ਠੀਕ ਹੈ? ਉਹ ਤੋਂ ਨਹੀਂ ਅਸੀਂ ਮੁੱਕੇ, ਅਤੇ ਇਹਨਾਂ ਤੋਂ ਕਿਵੇਂ ਮੁੱਕ ਜਾਂਗੇ? ਬਿਲਕੁਲ ਬੇਫਿਕਰ ਰਹਿਣ, ਆਪਾਂ ਅਸੀਂ ਲੜਨ ਵਾਲੇ ਹਾਂ, ਠੀਕ ਹੈ, ਸਾਨੂੰ ਪਚੇਊ ਲੱਗੇ ਲਾ ਦਿਆਂਗੇ। ਖਾਈ ਜਾਂਦੇ ਆ, ਹਰੇਕ ਥਾਂ ਬੇਈਮਾਨੀ ਹੈ, ਕਰਪਸ਼ਨ ਕਰਕੇ ਹੈ, ਇਹਨਾਂ ਦੀ ਕਰਪਸ਼ਨ ਬੰਦ ਕਰਨੀ, ਅਤੇ ਜਿਹਨਾਂ ਨੇ ਖਾਧਾ ਇਹਨਾਂ ਦੇ ਹਲਕ 'ਚੋਂ ਕੱਢਣਾ, ਸਾਰਾ ਕੱਢ ਕੇ ਲੋਕਾਂ 'ਚ ਵੰਡਣਾ। ਨਵਜੋਤ ਸਿੱਧੂ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ, ਕਿਵੇਂ ਦੇਖਦੇ ਹੋ ਹੁਣ ਤੁਹਾਡੀ ਕਾਂਗਰਸ ਨਾਲ ਟੱਕਰ ਸਖਤ ਹੋਵੇਗੀ? ਦੇਖੋ ਜੀ ਗੱਲ ਇਹ ਹੈ ਵੀ ਪ੍ਰਧਾਨ ਬਣ ਕੇ ਕੀ ਉਹ ਜਿਹੜੇ ਟਵੀਟ ਕੀਤੇ ਸੀ ਉਹਨਾਂ ਦਾ ਹੱਲ ਹੋ ਗਿਆ? ਮੌੜ ਬੰਬ ਕਾਂਡ ਉਹਦਾ ਇਹਨੇ ਮੰਗਿਆ ਸੀਗਾ, ਅਸੀਂ ਵੀ ਮੰਗਦੇ ਰਹੇ ਹਾਂ 5 ਸਾਲ, ਅਸੀਂ ਵਿਧਾਨ ਸਭਾ ਹਰੇਕ ਸੈਸ਼ਨ ਦੇ ਵਿੱਚ ਗੱਲ ਕੀਤੀ, ਉਹਦਾ ਇਨਸਾਫ ਦਿਓ। ਉਹ ਜਿਹੜੇ ਮਾਸੂਮ ਬੱਚੇ ਸੀ ਉਹਨਾਂ ਦੇ ਫੋਟੋਆਂ ਦੇਖੋ, ਆਂਸੂ ਨਿਕਲਦੇ ਵੇਖ ਕੇ, ਉਹਨਾਂ ਨੂੰ ਇਨਸਾਫ ਮਿਲ ਗਿਆ। ਜਿਹੜਾ ਚਿੱਟੇ ਵਾਲੀ ਰਿਪੋਰਟ ਆ ਹਾਈਕੋਰਟ ਦੇ ਬੰਦ ਲਿਫਾਫਾ ਰਿਪੋਰਟ ਪਈ ਆ, ਉਹ ਖਿਲਾਊਗਾ ਇਹ ਸਿੱਧੂ? ਬੇਅਦਬੀ ਕਾਂਡ ਦੇ ਜਿਹੜੇ ਦੋਸ਼ੀ ਆ, ਵੀ ਜਿਹੜੇ ਦੋਸ਼ੀਆਂ ਤੋਂ ਫੜਨਾ ਕੀ ਸੀ, ਜਿਨ੍ਹਾਂ ਨੇ ਰੌਲਾ ਪਾਇਆ ਉਹਨਾਂ ਨੇ ਫੜ ਕੇ ਪਰਚਾ ਦਿੱਤਾ ਇਹਨਾਂ ਨੇ, ਹੈ ਉਹਦਾ ਸਾਨੂੰ ਇਨਸਾਫ ਦੇਣਗੇ ਇਹ? ਕੋਟਕਪੂਰਾ ਗੋਲੀਕਾਂਡ ਦਾ ਇਨਸਾਫ ਦੇਣਗੇ ਇਹ? ਸਾਡੇ ਤਾਂ ਉਹ ਗੱਲ ਆ, ਸਿੱਧੂ ਬਣ ਜੇ ਕੋਈ ਬਣ ਜੇ, ਸਾਡੇ ਨਾਲ ਸਾਨੂੰ ਉਹਦਾ ਕੋਈ ਫਰਕ ਨਹੀਂ ਪੈਂਦਾ, ਨਾ ਪੰਜਾਬ ਦੇ ਲੋਕਾਂ ਨੂੰ ਫਰਕ ਪੈਂਦਾ। ਹਾਂ, ਸਿੱਧੂ ਦੀ ਅਸਲੀਅਤ ਜ਼ਰੂਰ ਜਾ ਰਹੀ ਹੋਊਗੀ ਵੀ ਇਹ ਲੜਾਈ ਕੁਰਸੀ ਦੀ ਸੀ, ਅਤੇ ਹੁਣ ਜਿਹੜੇ ਰੇਤੇ ਦੀਆਂ ਖੱਡਾਂ 'ਚ ਲਾਉਂਦੇ ਆ, ਜਿਨ੍ਹਾਂ 'ਤੇ ਇਲਜ਼ਾਮ ਲਾਉਂਦੇ ਉਹਦਾ ਨਾਲ ਆ, ਜ਼ਹਿਰੀਲੀ ਸ਼ਰਾਬ ਜਿਨ੍ਹਾਂ ਨੇ ਵੇਚ ਕੇ ਬੱਚੇ ਮਾਰੇ ਆ, 125 ਦੇ ਕਰੀਬ ਲੋਕ ਮਰ ਗਏ ਉੱਥੇ ਮਾਝੇ 'ਚ, ਅਤੇ ਉਹ ਬੰਦਾ ਐੱਮ ਐੱਲ ਏ ਇਹਨਾਂ ਦੇ ਨਾਲ ਹੈ, ਅਤੇ ਫਿਰ ਸਿੱਧੂ ਦੀ ਇਮਾਨਦਾਰੀ ਕਿੱਧਰ ਗਈ? ਇਹ ਇਮਾਨਦਾਰੀ ਇਕੱਲੀ ਕੁਰਸੀ ਲੈਣ ਤੱਕ ਹੀ ਸੀ, ਜਦੋਂ ਮਿਲ ਗਈ ਉਦੋਂ ਫਿਰ ਸੈੱਟ ਹੈ ਕੰਮ। ਸੋ ਇਹ ਚੀਜ਼ਾਂ ਲੋਕਾਂ ਨੇ ਪੁੱਛਣੀਆਂ ਔਰ ਪੁੱਛ ਰਹੇ ਲੋਕ, ਇਹ ਕੁਲਤਾਰ ਸਿੰਘ ਨਹੀਂ ਪੁੱਛ ਰਹੇ, ਲੋਕ ਪੁੱਛ ਰਹੇ ਪੰਜਾਬ ਦੇ। ਕਿਵੇਂ ਦੇਖਦੇ ਹੋ
ਕੈਪਟਨ ਅਮਰਿੰਦਰ ਸਿੰਘ ਨੇ ਸਹੁੰ ਖਾਧੀ ਸੀ ਕਿ 4 ਹਫ਼ਤਿਆਂ ਵਿੱਚ ਚਿੱਟੇ ਦਾ ਲੱਕ ਤੋੜ ਦੂੰਗਾ। ਪਰ ਪਿਛਲੇ ਦਿਨ ਦੀ ਗੱਲ ਕਰੀਏ ਤਾਂ ਜੈਤੋ DSP ਦਫ਼ਤਰ ਵਿਖੇ ਇੱਕ ਬਾਪ ਕੁਰਲਾਂਦਾ ਆਉਂਦਾ ਅਤੇ ਕਹਿੰਦਾ ਮੇਰੇ 3 ਪੁੱਤਰ ਨੇ, 3 ਚਿੱਟੇ 'ਤੇ ਲੱਗੇ ਹੋਏ ਨੇ ਅਤੇ ਮੈਨੂੰ ਇਨਸਾਫ ਚਾਹੀਦਾ, ਪਰ ਇਨਸਾਫ ਨਹੀਂ ਮਿਲਦਾ ਕੋਈ। ਇਹ ਤਾਂ ਘਰ ਘਰ ਦੀ ਕਹਾਣੀ ਹੈ ਜੀ। ਪਹਿਲਾਂ ਉਹ ਬੇਅਦਬੀ ਵਾਲਿਆਂ ਨਾਲ ਖੜ੍ਹ ਕੇ ਬਾਦਲ ਕੇ, ਇਹਦੇ ਪਤੰਤਰ ਨੇ ਆਪ ਹੀ ਬੇਅਦਬੀ ਕਰਤੀ, ਕੈਪਟਨ ਅਮਰਿੰਦਰ ਸਿੰਘ ਨੇ, ਸਰਕਾਰ ਨੇ, ਸਾਰੇ ਮੰਤਰੀ ਸਾਰੇ ਇਹਦੇ ਨਾਲ ਦੇ, ਇੱਕ ਦੋ ਮੰਤਰੀ ਸੀ ਜਿਹੜੇ ਉਦੋਂ ਕਹਿੰਦੇ ਸੀ ਵੀ ਇਨਸਾਫ ਦਿਓ ਇਨਸਾਫ ਦਿਓ, ਬਾਕੀ ਤਾਂ ਨਾਲ ਹੀ ਸੀ ਮਲਾਈਆਂ ਖਾਣ 'ਚ। ਹੁਣ ਵੋਟਾਂ ਲੈਣ ਵੇਲੇ, ਮਤਲਬ ਵੋਟਾਂ ਲੈਣ ਵੇਲੇ ਫਿਰ 84 ਜਿਵੇਂ ਬਾਦਲ ਕੱਢ ਲੈਂਦੇ ਸੀਗੇ, ਉਵੇਂ ਹੁਣ ਬੇਅਦਬੀ ਕੱਢ ਲੈਂਦੇ ਆ। ਸੋ ਲੋਕਾਂ ਨੂੰ ਹੁਣ ਨਾ ਤੁਹਾਡਾ ਧੰਨਵਾਦ ਆ, ਤੁਸੀਂ ਆ ਜਵਾਕਾਂ ਕੋਲ ਮੋਬਾਈਲ ਆ ਗਏ, ਜੂਕਰਬਰਗ ਦਾ ਧੰਨਵਾਦ ਆ, ਹਾਂ ਉਹਦਾ ਧੰਨਵਾਦ ਆ ਵੀ ਆ ਫੇਸਬੁੱਕ ਜੀ ਆ ਗਈ, ਹੁਣ ਇਹਨਾਂ ਦੀਆਂ ਸਾਰੀਆਂ ਕੱਢ ਕੇ ਸਾਹਮਣੇ ਰੱਖ ਦਿੰਦੇ ਆ। ਕਿੱਥੇ ਤਾਂ ਸੁਖਬੀਰ ਬਾਦਲ ਨੂੰ ਦਿਖਾਈ ਜਾਂਦਾ, ਤੋਮਰ ਨੂੰ ਵੀ ਕਾਲੇ ਕਾਨੂੰਨ ਆ, ਅਤੇ ਜਦੋਂ ਜਦੋਂ ਬਣਾਏ ਸੀ ਉਦੋਂ ਕਹਿੰਦੇ ਇਹ ਵਧੀਆ ਕਾਨੂੰਨ ਕੋਈ ਨਹੀਂ, ਉਹ ਨਾਲ ਲਾ ਕੇ ਲਿਖਾਉਂਦੇ ਲੋਕ। ਸੋ ਹੁਣ ਇਹ ਗੁੰਮਰਾਹ ਨਹੀਂ ਕਰ ਸਕਦੇ, ਇਹ ਧੰਨਵਾਦ ਤੁਹਾਡਾ ਹੈ, ਧੰਨਵਾਦ। ਠੀਕ ਹੈ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਬਹੁਤ ਬਹੁਤ ਧੰਨਵਾਦ ਕੁਲਤਾਰ ਸਿੰਘ ਸੰਧਵਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਜਿਵੇਂ ਕਿ ਕੁਲਤਾਰ ਸਿੰਘ ਸੰਧਵਾ ਨਾਲ ਅਸੀਂ ਗੱਲਬਾਤ ਕੀਤੀ ਹੈ ਤਾਂ ਉਹਨਾਂ ਦਾ ਕਹਿਣਾ ਕਿ SDO ਦਾ ਵੀ ਆ ਕੇ ਇੱਥੇ ਬਹੁਤ ਹਾਸੋਹੀਣ ਬਿਆਨ ਸੀ ਕਿ ਫਸਲ ਦਾ ਕੋਈ ਨੁਕਸਾਨ ਨਹੀਂ ਹੋਇਆ ਅਤੇ ਉਸ ਖਿਲਾਫ਼ ਵੀ ਕਾਰਵਾਈ ਹੋਣੀ ਚਾਹੀਦੀ ਆ, ਅਤੇ ਉਹਨਾਂ ਨੇ ਪ੍ਰਸ਼ਾਸਨ 'ਤੇ ਵੀ ਸਵਾਲ ਖੜੇ ਕੀਤੇ ਨੇ ਕਿ ਇਸ ਸਮੱਸਿਆ ਦਾ ਹੱਲ ਪਹਿਲਾਂ ਕਿਉਂ ਨਹੀਂ ਕੀਤਾ ਜਾਂਦਾ, ਵੇਟ ਕਿਉਂ ਕੀਤਾ ਜਾਂਦਾ ਕਿ ਕਦੋਂ ਕੋਈ ਨੁਕਸਾਨ ਹੋਵੇ ਅਤੇ ਉਦੋਂ ਅਸੀਂ ਇੱਥੇ ਆਈਏ। ਕੈਮਰਾਮੈਨ ਹਰੀਪਾਲ ਵਿੱਕੀ ਅਤੇ ਵਿੱਕੀ ਸਿੰਘ ਦੇ ਨਾਲ ਨਰਸਪ੍ਰੀਤ ਸਿੰਘ ਜੈਤੋ, ਸੱਚ ਦੱਸਦੇ ਹਾਂ, ਧੰਨਵਾਦ।